program is sponsored by Aussies Group, IELTS and PTE, Study Visa, Tourist Visa, Kacheri Bazaar, Rampura Phone. Shri Vijay Kakkar, Director, Modern Secular Public School, CBSE Affiliated, Rampura Phone. Shri Surinder Garg, Pradhan, Jai Tulsi Anuvat Public School, Rampura Phone. Shri Yashpal Goyal, Pradhan, Lala Kasturi Lal Sarvitkari, Senior Secondary Vidya Mandir, Rampura Phone. Sardar Chand Singh Sidhu Pradhan Arya High School Rampura Phool. Sardar Harinder Singh Pradhan Nagar Panchayat Maharaj Rampura Phool. Shri Surinder Kumar Garg Kar Sadhak Afsar Nagar Council Rampura Phool. Shrimati Charanjit Kaur Tillon Director Dune Public Senior Secondary School CBSE Affiliated Karyarwala Rampura Phool. Shri Gagan Bansal Director Mount Literacy School CBSE Affiliated Rampura Phool. Shri Kamlesh Raaf Chairman Global Discovery School CBSE Affiliated Bathinda Road Rampura Phool. Shrimati Sunita Mittal CDPO CDPO Daftar Rampura Phool. ਪੂਰੇ ਭਾਰਤ 'ਚ ਅੱਜ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਚਾਰੇ ਪਾਸੇ ਦੇਸ਼ ਭਗਤੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਦੇਸ਼ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਲਾਲ ਕਿਲੇ ਤੇ ਤਿਰੰਗਾ ਲਹਿਰਾਇਆ। ਤਿਰੰਗਾ ਲਹਿਰਾਉਣ ਤੋਂ ਬਾਅਦ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਤਿਆਗ ਤੇ ਬਲੀਦਾਨ ਕਰਨ ਵਾਲਿਆਂ ਨੂੰ ਉਹਨਾਂ ਨੇ ਪ੍ਰਣਾਮ ਕੀਤਾ। ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਧਾਰਾ 370 35 ਏ ਹਟਾਉਣ ਦਾ ਮੁੱਖ ਮਕਸਦ ਪਟੇਲ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਅੱਤਵਾਦ ਤੋਂ ਬਚਾਉਣ ਲਈ ਅਤੇ ਦੇਸ਼ ਨੂੰ ਅੱਤਵਾਦ ਦਾ ਖਾਤਮਾ ਕਰਨ ਲਈ ਸਖਤ ਕਾਨੂੰਨ ਬਣਾਏ ਗਏ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਅਤੇ ਵਪਾਰੀਆਂ ਨੂੰ ਦੇਣ ਲਈ ਪੈਨਸ਼ਨ ਸਕੀਮ ਦੀ ਵਿਵਸਥਾ ਕੀਤੇ ਜਾਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਦਾ ਮੰਤਵ ਲੈ ਕੇ ਅਸੀਂ ਚੱਲੇ ਸੀ, ਪਰ 5 ਸਾਲ 'ਚ ਹੀ ਦੇਸ਼ ਵਾਸੀਆਂ ਨੇ ਸਭ ਦੇ ਵਿਕਾਸ ਦੇ ਰੰਗ ਨਾਲ ਪੂਰੇ ਮਾਹੌਲ ਨੂੰ ਰੰਗ ਦਿੱਤਾ ਹੈ। ਜਿੱਥੇ ਅੱਜ ਪੂਰੇ ਦੇਸ਼ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਫੇਸਬੁੱਕ ਪੇਜ ਤੇ ਲੋਕਾਂ ਨੂੰ ਸੰਦੇਸ਼ ਦੇ ਰਹੇ ਹਨ। ਸੰਦੇਸ਼ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਅਸੀਂ ਆਪਣੀ ਆਜ਼ਾਦੀ ਦਾ 73ਵਾਂ ਸਾਲ ਮਨਾ ਰਹੇ ਹਾਂ ਅਤੇ ਅਸੀਂ ਉਹਨਾਂ ਸਾਰੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਸ਼ਹੀਦਾਂ ਦੀ ਜੋ ਭਾਰਤ ਦੇਸ਼ ਪ੍ਰਤੀ ਸੋਚ ਸੀ ਉਸ ਨੂੰ ਪੂਰਾ ਕਰੀਏ। ਆਪਣੀ ਆਜ਼ਾਦੀ ਦਾ 73ਵਾਂ ਸਾਲ ਮਨਾ ਰਹੇ ਹਾਂ। ਅੱਜ ਦੇ ਦਿਨ 73 ਸਾਲ ਪਹਿਲਾਂ ਹਿੰਦੁਸਤਾਨ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚੋਂ ਨਿਕਲਿਆ ਸੀ, ਆਜ਼ਾਦ ਹੋਇਆ ਸੀ ਮੁਲਕ, ਅਸੀਂ ਖੁਦ ਮੁਖਤਿਆਰ ਬਣੇ ਸੀ। ਇਹ ਬੜੇ ਸੰਘਰਸ਼ ਤੋਂ ਬਾਅਦ ਇਹ ਗੱਲ ਹੋਈ ਸੀ। ਬਹੁਤ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਬਹੁਤ ਲੋਕ ਸ਼ਹੀਦ ਹੋਏ, ਬਹੁਤ ਲੋਕ ਜੇਲ੍ਹਾਂ ਦੇ ਵਿੱਚ ਪੂਰੀ ਉਮਰ ਗੁਜ਼ਾਰੀ, ਜੈਸੇ ਕਾਲੀ ਪਾਣੀ ਦੀ ਸਜ਼ਾ ਹੁੰਦੀ ਸੀ ਐਂਡਮਨ ਆਈਲੈਂਡ ਵਗੈਰਾ ਵਿੱਚ। ਉਹ ਸਾਰੀਆਂ ਚੀਜ਼ਾਂ ਨੂੰ ਲੋਕ ਸਾਡੇ ਪਹਿਲੀ ਪੀੜ੍ਹੀ ਜਿਹੜੀ ਸੀ ਸਾਡੇ ਤੋਂ ਇਹ ਜੰਗ ਲੜਦੇ ਲੜਦੇ ਇਹਨਾਂ ਨੇ ਸਾਨੂੰ ਸਾਡਾ ਮੁਲਕ ਆਜ਼ਾਦ ਕਰਾਇਆ ਸੀ। ਇੱਕ ਵਾਰ ਤਾਂ ਉਹਨਾਂ ਨੂੰ ਵੀ ਯਾਦ ਰੱਖੀਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਔਰ ਜਿਹੜੇ ਉਹਨਾਂ ਦੀ ਸੋਚ ਸੀ ਸਾਡੇ ਮੁਲਕ ਲਈ, ਸਾਡੇ ਪੰਜਾਬ ਲਈ, ਉਸ ਸੋਚ ਨੂੰ ਵੀ ਅਸੀਂ ਪੂਰਾ ਕਰੀਏ। ਉਹ ਚਾਹੁੰਦੇ ਸੀ ਕਿ ਇੱਕ ਨਵਾਂ ਹਿੰਦੁਸਤਾਨ ਬਣੇ ਜਿਹਦੇ ਵਿੱਚ ਲੋਕਾਂ ਦਾ ਭਵਿੱਖ ਬਣੇ, ਸਾਡੇ ਬੱਚਿਆਂ ਦਾ ਭਵਿੱਖ ਬਣੇ, ਔਰ ਜਿਹੜਾ ਆਰਥਿਕ ਤੌਰ 'ਤੇ ਮਜ਼ਬੂਤ ਹੋਵੇ। ਅਸੀਂ ਹੁਣ ਨੌਕਰੀਆਂ ਦਾ ਪ੍ਰਬੰਧ, ਇਹ ਜਿਹੜਾ ਕਰਜ਼ਾ ਮਾਫੀ ਹੈ, ਹੋਰ ਚੀਜ਼ਾਂ ਜਿਹੜੀਆਂ ਅਸੀਂ ਇੰਡਸਟਰੀ ਲਿਆਉਣਾ ਚਾਹੁੰਦੇ ਹਾਂ। ਸਾਡੀ ਜਿਹੜੀ ਆਰਥਿਕਤਾ ਪੰਜਾਬ ਦੀ ਇੰਨੀ ਅੱਛੀ ਨਹੀਂ, ਜੋ 10 ਸਾਲ ਬਾਅਦ ਅਸੀਂ ਸਾਂਭੇ ਇਸ ਹਕੂਮਤ ਨੂੰ, 2 ਲੱਖ ਕਰੋੜ ਦੇ ਕਰੀਬ ਸਾਡਾ ਕਰਜ਼ਾ ਰਿਹਾ, ਲੇਕਿਨ ਉਹਦੇ ਬਾਵਜੂਦ ਲੋਕ ਆ ਰਹੇ ਨੇ, ਲੋਕਾਂ ਨੂੰ ਸਾਡੀ ਸਰਕਾਰ 'ਤੇ ਵਿਸ਼ਵਾਸ ਹੈ। ਔਰ ਤੁਹਾਨੂੰ ਖੁਸ਼ੀ ਹੋਏਗੀ ਇਹ ਸੁਣ ਕੇ ਕਿ 50,000 ਕਰੋੜ ਦੇ ਕਰੀਬ ਸਾਡਾ ਪੈਸਾ ਧਰਤੀ ਦੇ ਉੱਪਰ ਲੱਗ ਚੁੱਕਿਆ ਨਵੀਂ ਫੈਕਟਰੀਆਂ ਦਾ। ਔਰ ਫੈਕਟਰੀਆਂ ਤੋਂ ਇਸ ਤੋਂ ਇਲਾਵਾ ਬਹੁਤ ਲੋਕ ਹੋਰ ਆ ਰਹੇ ਨੇ ਜੋ ਬਾਹਰੋਂ, ਜੋ ਪੰਜਾਬ ਨੂੰ ਦੇਖ ਰਹੇ ਨੇ ਕਿ ਅਸੀਂ ਇਸ ਪੰਜਾਬ ਦੇ ਵਿੱਚ ਜਾ ਕੇ ਅਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ। ਅਗਰ ਇਹ ਹੋ ਜਾਏ ਔਰ ਇਸ 2 ਸਾਲਾਂ ਦੇ ਵਿੱਚ ਅਸੀਂ ਇਸ ਨੂੰ 2 ਲੱਖ ਕਰੋੜ ਤਾਂ ਪਹੁੰਚਾ ਦਈਏ ਤਾਂ ਬੱਚਿਆਂ ਦਾ ਇੱਥੇ ਪੰਜਾਬ ਦੇ ਵਿੱਚ ਹੀ ਭਵਿੱਖ ਹੋਊਗਾ। ਅਸੀਂ ਇਨਵੈਸਟ ਪੰਜਾਬ ਪ੍ਰੋਗਰਾਮ ਚਲਾਇਆ ਕਿਉਂਕਿ ਹਰ ਪਿੰਡ ਦੇ ਵਿੱਚ ਹੁਣ ਬੜੇ ਸਾਡੇ ਬੱਚੇ ਪੜ੍ਹ ਕੇ ਨਿਕਲਦੇ ਨੇ, ਉਹਨਾਂ ਨੂੰ ਨੌਕਰੀਆਂ ਨਹੀਂ ਚਾਹੁੰਦੀਆਂ। ਮੈਂ ਇਸ ਸਾਲ ਇਹ 2 ਸਾਲਾਂ ਦੇ ਵਿੱਚ ਅਸੀਂ ਜੋਬ ਮੇਲਾ ਚਲਾਏ ਨੇ, ਹੁਣ 5ਵਾਂ ਜੋਬ ਮੇਲਾ ਅਸੀਂ ਚਲਾਉਣ ਲੱਗੇ ਹਾਂ। ਕੋਈ 6.25 ਲੱਖ ਦੇ ਕਰੀਬ ਬੱਚਿਆਂ ਨੂੰ ਅਸੀਂ ਨੌਕਰੀ ਦੇ ਚੁੱਕੇ ਹਾਂ ਇਸ ਵਿੱਚ। ਤੁਹਾਨੂੰ ਇਹ ਪਤਾ ਨਹੀਂ ਸ਼ਾਇਦ ਕਿ ਅਸੀਂ ਡੇਲੀ ਇਸ ਨੂੰ ਚੈੱਕ ਕਰਦੇ ਹਾਂ ਔਰ 1,000 ਬੱਚਾ ਡੇਲੀ ਸਾਡਾ
ਇੱਥੇ ਪੰਜਾਬ ਦੇ ਵਿੱਚ ਨੌਕਰੀ ਦੇ ਵਿੱਚ ਭਰਤੀ ਹੋ ਰਿਹਾ। ਔਰ ਇਸੇ ਤਰੀਕੇ ਨਾਲ ਹੁਣ ਅਗਲਾ ਜਿਹੜਾ ਜੋਬ ਮੇਲਾ ਜਿਹਦੇ ਵਿੱਚ ਅਸੀਂ 2 ਲੱਖ ਦੇ ਕਰੀਬ ਬੱਚੇ ਚਾਹੁੰਦੇ ਹਾਂ ਕਿ ਉਹਦੇ ਵਿੱਚ ਨੌਕਰ ਹੋਣ, ਉਹ ਕੁਝ ਦਿਨਾਂ ਦੇ ਵਿੱਚ ਆਉਣ ਲੱਗੇ। ਰੋਡ ਸੁਣਦਾ ਰਹਿੰਦਾ ਕਿ ਲੋਕ ਕੋਈ ਵਿਦੇਸ਼ ਜਾਣਾ ਚਾਹੁੰਦਾ, ਕੋਈ ਕਿਤੇ ਜਾਣਾ ਚਾਹੁੰਦਾ। ਅਗਰ ਅਸੀਂ ਉਹ ਨੌਕਰੀਆਂ ਦਾ ਪ੍ਰਬੰਧ ਪੂਰੇ ਹੀ ਕਰ ਦਈਏ ਫਿਰ ਕਿਸੇ ਨੂੰ ਜਾਣ ਦੀ ਲੋੜ ਨਹੀਂ। ਆਪਣੇ ਪਰਿਵਾਰਾਂ ਨਾਲ ਰਹਿਣਗੇ ਔਰ ਉਹਨਾਂ ਦਾ ਇੱਥੇ ਹੀ ਕੋਈ ਭਵਿੱਖ ਬਣਾ ਸਕਦੇ। ਔਰ ਇਹੀ ਸਾਡੇ ਪੰਜਾਬ ਦੇ ਲੋਕ ਚਾਹੁੰਦੇ ਸੀ। ਪੰਜਾਬੀਆਂ ਨੇ ਛੋਟਾ ਜਿਹਾ ਸੂਬਾ ਸੀ, ਲੇਕਿਨ ਤੁਸੀਂ ਅਗਰ ਐਂਡਮਨ ਆਈਲੈਂਡ ਜਾਓ ਔਰ ਸੈਲੂਲਰ ਜੇਲ੍ਹ ਦੇ ਵਿੱਚ ਦੇਖੋਗੇ ਤਾਂ ਉੱਥੇ ਸੈਂਕੜੇ ਇਨਾਮ ਸਾਡੇ ਪੰਜਾਬੀਆਂ ਦੇ ਜੋ ਕਾਲਾ ਪਾਣੀ ਦੀ ਸਜ਼ਾ ਗਏ ਸੀ ਔਰ ਕਦੇ ਮੁੜ ਕੇ ਨਹੀਂ ਆਏ। ਤੋ ਇਹ ਸਾਰੀਆਂ ਗੱਲਾਂ ਆਪਾਂ ਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਇਸ ਦਿਨ 'ਤੇ। ਔਰ ਉਹ ਪੰਜਾਬ ਜਿਹੜੀ ਉਹਨਾਂ ਦੀ ਸੋਚ ਸੀ, ਉਹ ਪੰਜਾਬ ਨੂੰ ਆਪਾਂ ਇੱਕ ਵਾਰ ਫੇਰ ਬਣਾਈਏ। ਇੱਥੇ ਮੁਸੀਬਤਾਂ ਬੜੀਆਂ ਨੇ, ਬੜੀ ਔਖੀ ਘੜੀ ਦੇ ਵਿੱਚੋਂ ਅਸੀਂ ਲੰਘੇ, ਲੇਕਿਨ ਉਹ ਹੁਣ ਸੁਧਰਿਆ ਕੰਮ। ਔਰ ਇਹ ਨਾ ਭੁੱਲੋ ਕਿ ਸਭ ਤੋਂ ਵੱਡਾ ਅੱਜ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪੁਰਬ ਐਤਕੀ ਮਨਾ ਰਹੇ ਅਸੀਂ। ਕਰਤਾਰਪੁਰ ਸਾਹਿਬ ਜੋ ਸਿੱਖਾਂ ਦੀ ਅਰਦਾਸ ਦੇ ਵਿੱਚ ਹੁੰਦਾ ਸੀ ਕਿ ਅਸੀਂ ਜਾਣਾ ਚਾਹੁੰਦੇ ਹਾਂ, ਉੱਥੇ ਦਰਸ਼ਨ ਦੀਦਾਰ ਖੁੱਲ੍ਹੇ ਹੋਣ, ਉਹਦਾ ਹੁਣ ਕੰਮ ਸ਼ੁਰੂ ਹੋ ਗਿਆ। ਮੈਂ ਆਸ ਕਰਦਾ ਕਿ ਜਲਦੀ ਪਾਕਿਸਤਾਨ ਸਰਕਾਰ ਇਸ ਗੱਲ ਨੂੰ ਸਿਰੇ ਚੜ੍ਹਾਏ ਔਰ ਅਸੀਂ ਸਾਡੇ ਲੋਕ ਜਥੇ ਜਾ ਕੇ ਉੱਥੇ ਮੱਥਾ ਟੇਕ ਸਕਣ। ਇਸ ਦੇ ਨਾਲ ਹੀ ਸਾਡੇ ਸੁਲਤਾਨਪੁਰ ਲੋਧੀ ਦੇ ਵਿੱਚ, ਡੇਰਾ ਬਾਬਾ ਨਾਨਕ ਦੇ ਵਿੱਚ ਸਾਰੇ ਕਿਤੇ ਅਸੀਂ ਆਪਣਾ ਕੰਮਕਾਰ ਸ਼ੁਰੂ ਕੀਤਾ ਹੋਇਆ ਔਰ ਉਹ ਸਾਰਾ ਤਿਆਰੀ ਉੱਥੇ ਉਦੋਂ ਤਾਂ ਹੀ ਹੋ ਜਾਣੀ ਹੈ। ਪਰ ਇਹ ਇਸ ਦਿਨ 'ਤੇ ਮੈਂ ਸਾਰੀ ਦੁਨੀਆ ਦੇ ਵਿੱਚ ਜੋ ਸਾਡੇ ਲੋਕ ਵਸੇ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਔਰ ਮੈਂ ਆਸ ਕਰਦਾ ਕਿ ਉਹ ਇਸ ਦਿਨ ਨੂੰ ਬੜੀ ਤਗੜੇ ਤਰੀਕੇ ਨਾਲ ਮਨਾਉਣ। ਔਰ ਇੱਥੇ ਜੋ ਆਉਣਾ ਚਾਹੁੰਦੇ ਨੇ ਅਸੀਂ ਸਾਰਾ ਪ੍ਰਬੰਧ ਕਰ ਰਹੇ ਹਾਂ ਜੋ ਤੁਸੀਂ ਉਰੇ ਆ ਸਕੋ ਔਰ ਸੁਲਤਾਨਪੁਰ ਲੋਧੀ ਵੀ ਉੱਥੇ ਜਾ ਕੇ ਇਹ ਜਿਹੜਾ ਸਾਡਾ ਨਵੰਬਰ ਦੇ ਵਿੱਚ ਗੁਰਪੁਰਬ ਆਉਣਾ ਹੈ ਉਹਦੇ ਵਿੱਚ ਤੁਸੀਂ ਸ਼ਾਮਿਲ ਹੋ ਸਕੋ। ਔਰ ਨਾਲ ਦੀ ਨਾਲ ਫਿਰ ਤੁਸੀਂ ਕਰਤਾਰਪੁਰ ਕੋਰੀਡੋਰ ਜਿਹੜਾ ਹੈ ਉਹਦੇ ਰਾਹੀਂ ਜਾ ਕੇ ਕਰਤਾਰਪੁਰ ਸਾਹਿਬ ਤੁਸੀਂ ਉੱਥੇ ਵੀ ਮੱਥਾ ਟੇਕ ਸਕੋ। ਔਰ ਮੈਂ ਆਸ ਕਰਦਾ ਤੁਹਾਨੂੰ ਕਿ ਤੁਸੀਂ ਅਰਦਾਸ ਕਰੋ ਅਕਾਲ ਪੁਰਖ ਨੂੰ ਕਿ ਆਪਣੇ ਦੇਸ਼ ਨੂੰ ਔਰ ਆਪਣੇ ਪੰਜਾਬ ਨੂੰ ਤਕੜਾ ਰੱਖਣ। ਜਿੱਥੇ ਪੂਰੇ ਭਾਰਤ ਚ ਅੱਜ 15 ਅਗਸਤ ਆਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਉੱਥੇ ਹੀ ਬਠਿੰਡਾ ਚ ਵੀ ਆਜ਼ਾਦੀ ਦਿਵਸ ਦੇ ਤਿਰੰਗੇ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉੱਥੇ ਸਕੂਲੀ ਬੱਚਿਆਂ ਵੱਲੋਂ ਵੀ ਖੇਡ ਸਟੇਡੀਅਮ ਚ ਆਪਣੀ ਕਲਾ ਨੂੰ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਨੇ ਇਸ ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ ਸਕੀਮਾਂ ਅਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਦੇ ਬਾਰੇ ਚ ਦੱਸਿਆ ਅਤੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਦੇ ਕਾਰਨ ਅੱਜ ਅਸੀਂ ਆਜ਼ਾਦ ਹਾਂ। ਦੇਸ਼ ਦੀ ਆਜ਼ਾਦੀ ਦੇ 73ਵੇਂ ਸੁਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਰੋਹ ਸਥਾਨਕ ਸਟੇਡੀਅਮ ਵਿਖੇ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਠੀਕ ਸਵੇਰੇ 8:55 ਤੇ ਸਰਦਾਰ ਖੁਸ਼ਦਿਲ ਸਿੰਘ ਸੰਧੂ SDM ਰਾਮਪੁਰਾ ਫੂਲ ਵੱਲੋਂ ਨਿਭਾਈ ਗਈ। ਇਸ ਤੋਂ ਬਾਅਦ ਪੰਜਾਬ ਪੁਲਿਸ, ਹੋਮ ਗਾਰਡ, NCC ਕੈਡਿਟ ਅਤੇ ਵੱਖ ਵੱਖ ਸਕੂਲਾਂ ਦੇ ਸਕਾਊਟ ਐਂਡ ਗਾਈਡ ਬੱਚਿਆਂ ਵੱਲੋਂ ਮਾਰਚ ਪਾਸਟ ਕਰਨ ਤੋਂ ਬਾਅਦ ਦੇਸ਼ ਭਗਤੀ ਦੀਆਂ ਆਈਟਮਾਂ ਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਨਗਰ ਕੌਂਸਲ ਪ੍ਰਧਾਨ ਚਰਨਜੀਤ ਜਟਾਣਾ, ਸਾਬਕਾ ਪ੍ਰਧਾਨ ਸੁਨੀਲ ਬਿੱਟਾ, DSP ਜਸਵੀਰ ਸਿੰਘ, ਬਾਲ ਵਿਕਾਸ ਦੇ ਪ੍ਰੋਜੈਕਟ ਅਫਸਰ ਸ਼੍ਰੀਮਤੀ ਸੁਨੀਤਾ ਮਿੱਤਲ, ਕਾਰਜ ਸਾਧਕ ਅਫਸਰ ਸੁਰਿੰਦਰ ਗਰਗ, ਰਾਜਪਾਲ ਸਿੰਘ ਮੱਕੜ, ਸੀਨੀਅਰ ਮੈਡੀਕਲ ਅਫਸਰ ਡਾਕਟਰ ਨਰਿੰਦਰ ਬਾਂਸਲ, ਮੈਡੀਕਲ ਅਫਸਰ ਗੁਰਪ੍ਰੀਤ ਸਿੰਘ ਮਾਹਲ, ਤਹਿਸੀਲਦਾਰ ਰਕੇਸ਼ ਗਰਗ, ਕਾਂਗਰਸ ਪਾਰਟੀ ਆਗੂ ਦੇ ਰਕੇਸ਼ ਸਹਾਰਾ, ਗੁਰਤੇਜ ਸਿੰਘ ਰਾਣਾ, ਸੁਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਮੌਜੂਦ ਸਨ। This program is sponsored by Aziz Group, IELTS and PTE Study Visa, Tourist Visa, Kachari Bazaar, Rampura Phool. Shri Vijay Kakkar, Director, Modern Secular Public School, CBSE Affiliated, Rampura Phool. Shri Surinder Garg, Pradhan, Jai Tulsi Anuvat Public School, Rampura Phool. Shri Yashpal Goyal, Pradhan, Lala Kasturi Lal Sarvitkari, Senior Secondary, Vidya Mandir, Rampura Phool. ਸਰਦਾਰ ਚੰਦ ਸਿੰਘ ਸਿੱਧੂ ਪ੍ਰਧਾਨ ਆਰਿਆ ਹਾਈ ਸਕੂਲ ਰਾਮਪੁਰਾ ਫੂਲ, ਸਰਦਾਰ ਹਰਿੰਦਰ ਸਿੰਘ ਪ੍ਰਧਾਨ ਨਗਰ ਪੰਚਾਇਤ ਮਹਿਰਾਜ ਰਾਮਪੁਰਾ ਫੂਲ, ਸ਼੍ਰੀ ਸੁਰਿੰਦਰ ਕੁਮਾਰ ਗਰਗ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਾਮਪੁਰਾ ਫੂਲ।
श्रीमती चरणजीत कौर टिल्लों डायरेक्टर दुमका बिग सीनियर सेकेंडरी स्कूल सीबीएसई एफिलेटेड करियारवाला रामपुरापुर, श्री गगन बांसल डायरेक्टर माउंट लिटरल डी स्कूल सीबीएसई एफिलेटेड रामपुरापुर, श्री कमलेश राव चेयरमैन ग्लोबल डिस्कवरी स्कूल सीबीएसई एफिलेटेड बठिंडा रोड रामपुरापुर, श्रीमती सुनीता मित्तल सीडीपीओ दफ्तर रामपुरापुर। आज पूरे देश 73वां आजादी दिहाड़ा मनाया जा रहा है, उथे ही आज मोगा च भी इस दिन बड़ी धूमधाम के नाल मनाया गया। जानकारी मुताबिक मोगा झंडा लहराने की रस्म पंजाब के वित्त मंत्री सरदार मनप्रीत सिंह बादल ने की थी, और परेड की सलामी लई इस मौके पुलिस के एनसीसी के जवानों वालों परेड की गई और स्कूली बच्चों ने रंगारंग प्रोग्राम पेश किए। पंजाब के मुख्यमंत्री कैप्टन अमरिंदर सिंह ने आज 73वां आजादी दिवस मौके जलंधर के श्री गुरु गोबिंद सिंह स्टेडियम च सूबा समारोह दौरान देश का तिरंगा झंडा लहराया और सलामी का निरीक्षण किया। इस मौके उन्हां नाल पंजाब के कुछ विधायक डीजीपी श्री दिनकर गुप्ता और उच्च अधिकारी भी मौजूद सन। मार्च पास दौरान पंजाब पुलिस, आईटीबीपी, राजस्थान पुलिस, पंजाब आर्म्ड पुलिस, होमगार्ड, एनसीसी, स्काउट एंड गाइड, जीओजी अते फौज दे पुलिस दे बैंड ने सलामी दिती। मुख्यमंत्री कैप्टन ने अपने संबोधन विच अपनी सरकार वालों पिछले सालां दौरान कीते गए कमां दा जिक्र करदिआं कहा कि उन्हां दी सरकार ने अपने वादे मुताबिक किसान खुदकुशियां रोकण लई किसानां दे कर्जे माफ कीते हन, उन्हां रोजगार मेलिआं विच नौजवानां नूं दित्तीआं गईआं नौकरियां दा जिक्र करदिआं अगले महीने तों होर रोजगार मेले लाउण दा ऐलान कीता। आजादी दिहाड़े मौके अज शहीद भगत सिंह स्टेडियम फिरोजपुर शहर अंदर जिला पदरी समागम च कैबिनेट मंत्री गुरप्रीत सिंह कांगड़ ने पहुंच के कौमी झंडा तिरंगा लहराने की रस्म अदा की। इस तो पहला उन्हां हुसैनी वाला कौमी सरहद ते पहुंच शहीद भगत सिंह राजगुरु सुखदेव दी शहीदी स्मारक नतमस्तक हो श्रद्धा दे फुल भेंट कीते। इस दौरान डिप्टी कमिश्नर चंद्र गैन दे समागम विच हिस्सा लैण वाले सारे अधिकारियां कर्मचारियां अते स्कूलां दे विद्यार्थियां समेत ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਜਿਹੜੇ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਉਹਨਾਂ ਸਕੂਲਾਂ ਵਿੱਚ ਅਗਲੇ ਦਿਨ 16 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ। 73ਵੇਂ ਆਜ਼ਾਦੀ ਦਿਹਾੜੇ ਤੇ ਰੇਲਵੇ ਸਟੇਸ਼ਨ ਰਾਮਪੁਰਾ ਫੂਲ ਵਿਖੇ ਸਟੇਸ਼ਨ ਮਾਸਟਰ ਸ਼੍ਰੀ ਵਰਿੰਦਰ ਕੁਮਾਰ ਵੱਲੋਂ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਤਿਰੰਗੇ ਨੂੰ RPF, GRP ਅਤੇ BSF ਵੱਲੋਂ ਸਲਾਮੀ ਦਿੱਤੀ ਗਈ। ਫਰੀਦਕੋਟ ਦੇ ਖੇਡ ਸਟੇਡੀਅਮ ਵਿਖੇ ਆਜ਼ਾਦੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਚਾਰੇ ਪਾਸੇ ਦੇਸ਼ ਭਗਤੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ। ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਚ ਤਿਰੰਗਾ ਲਹਿਰਾਉਣ ਦੀ ਰਸਮ ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਸ਼੍ਰੀ ਰਵਿੰਦਰ ਕੁਮਾਰ ਕੌਸ਼ਿਕ ਵੱਲੋਂ ਅਦਾ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਲਈ ਤਿਆਗ ਅਤੇ ਬਲੀਦਾਨ ਦੇਣ ਵਾਲੇ ਦੇਸ਼ ਭਗਤਾਂ ਅਤੇ ਸ਼ਹੀਦਾਂ ਨੂੰ ਯਾਦ ਅਤੇ ਪਰੇਡ ਤੋਂ ਸਲਾਮੀ ਲਈ। Special thanks to our sponsors, Aussies Group, IELTS and PTE, Study Visa, Tourist Visa, Kacheri Bazaar, Rampurapur, Shri Vijay Kakkar, Director, Modern Secular Public School, CBSE Affiliated, Rampurapur, Shri Surinder Garg, Pradhan, Jai Tulsi Anuvat Public School, Rampurapur, Shri Yashpal Goyal, Pradhan, Lala Kasturi Lal, Sarvitkari Senior Secondary Vidya Mandir, Rampurapur, Sardar Chand Singh Sidhu, Pradhan, Arya High School, Rampurapur, सरदार हरिंदर सिंह प्रधान नगर पंचायत महराज रामपुरापुर, श्री सुरेंद्र कुमार गर्ग कार साधक अफसर नगर कौंसिल रामपुरापुर, श्रीमती चरणजीत कौर टिल्लों डायरेक्टर दून पब्लिक सीनियर सेकेंडरी स्कूल सीबीएसई एफिलेटेड करियारवाला रामपुरापुर, श्री गगन बांसल डायरेक्टर माउंट लिटरल डी स्कूल सीबीएसई एफिलेटेड रामपुरापुर, श्री कमलेश राव चेयरमैन ग्लोबल डिस्कवरी स्कूल सीबीएसई एफिलेटेड बठिंडा रोड रामपुरापुर, श्रीमती सुनीता मित्तल सीडीपीओ दफ्तर रामपुरापुर।